ਅਛਾ ਜੀ ਇੱਕ ਦਫਾ ਨਾ ਕਿਸੇ ਇਲਾਕੇ ਦੇ ਵਿੱਚ ਸਲਾਬ ਆ ਜਾਂਦਾ ਕਾਫੀ ਜ਼ਿਆਦਾ ਤੇ ਜੇ ਸਾ ਇਲਾਕੇ ਚ ਸਲਾਬ ਆਂਦਾ ਨਾ ਉਹਦੀ ਟੋਟਲ ਆਬਾਦੀ ਹੁੰਦੀ ਆ 150 ਬੰਦੇ ਸਰਕਾਰ ਨੂੰ ਇਤਲਾਹ ਕੀਤੀ ਜਾਂਦੀ ਆ ਕਿ ਸਾਡੇ ਇਲਾਕੇ ਦੀ 150 ਬੰਦਿਆਂ ਦੇ ਮੁਸਤਮਲ ਆਬਾਦੀ ਆ ਤੇ ਸਲਾਬ ਕਾਫੀ ਜ਼ਿਆਦਾ ਆ ਗਿਆ ਤੇ ਸਾਨੂੰ ਕੋ ਮਦਦ ਭੇਜੀ ਜਾਵੇ ਲੋ ਜੀ ਸਰਕਾਰੀ ਮੁਲਾਜ਼ਮ ਹੋਤੇ ਹੈਲੀਕਾਪਟਰ ਲੈ ਕੇ ਉਹਨਾਂ ਦੀ ਮਦਦ ਕਰਨ ਲਈ ਆ ਜਾਂਦੇ ਨੇ ਤੇ ਉਹ ਆਣ ਕੇ ਨਾ ਜਿੰਨੀਆਂ ਵੀ ਜਾਨਾਂ ਅੰਦਰ ਫਸੀਆਂ ਹੁੰਦੀਆਂ ਨਾ ਉਹਨਾਂ ਨੂੰ ਕੱਢ ਕੇ ਤੇ ਹੈਲੀਕਾਪਟਰ ਤੇ ਕੱਢ ਕੇ ਤੇ ਬਾਹਰ ਲਈ ਆਉਂਦੇ ਨੇ ਤੇ ਉਹਨਾਂ ਜਦੋਂ ਲਈ ਆਉਂਦੇ ਨੇ ਤੇ ਨਾਲੋਂ ਨਾਲ ਨਾਲ ਗਿਣਤੀ ਕਰੀ ਜਾਂਦੇ ਆ ਅੱਛਾ ਜੀ ਉਹਨਾਂ ਨੇ ਤਲਾਕ ਕੀਤੀ ਹੁੰਦੀ 150 ਬੰਦਿਆਂ ਦੀ ਹੁਣ ਉਹ ਹੈਲੀਕਾਪਟਰ ਵਾਲਿਆਂ ਨੇ 500 ਬੰਦਾ ਸਾਈਡ ਤੇ ਕਰ ਚੁੱਕੇ ਆ ਤੇ ਬੰਦੇ ਹਜੇ ਉੱਥੇ ਉਵੇਂ ਦਾ ਉਵੇਂ ਹੀ ਫਸੇ ਆ ਤੇ ਉਹਨਾਂ ਦਾ ਜਿਹੜਾ ਅਫਸਰ ਹੁੰਦਾ ਨਾ ਉਹ ਪਿੰਡ ਦੇ ਸਰਪੰਚ ਦੇ ਕੋਲ ਆਂਦਾ ਉਹ ਕਹਿੰਦਾ ਸਰਪੰਚ ਸਾਹਿਬ ਸਾਨੂੰ ਇਤਲਾਹ ਮਿਲੀ ਆ ਇਸ ਇਲਾਕੇ ਦੀ ਟੋਟਲ ਆਬਾਦੀ ਜਿਹੜੀ 150 ਬੰਦੇ ਆ ਤੇ ਅਸੀਂ 500 ਬੰਦਾ ਸੈਟ ਤੇ ਕਰ ਚੁੱਕੇ ਆ ਤੇ ਸਰਪੰਚ ਨਾ ਬੜੇ ਮਸੂਮਾਨਾ ਅੰਦਾਜ਼ ਦੇ ਨਾਲ ਕਹਿੰਦਾ ਸਰ ਜੀ ਬੰਦੇ ਇੱਥੇ 150 ਹੀ ਆ ਲਿਹਾਜ਼ਾ ਇਹਨਾਂ ਨੇ ਹੈਲੀਕਾਪਟਰ ਵੇਖਿਆ ਪਹਿਲੀ ਵਾਰੀ ਤੁਸੀਂ ਇਹਨਾਂ ਨੂੰ ਇੱਧਰ ਛੱਡ ਕੇ ਜਾਂਦੇ ਹੋ ਇਹ ਫੈਸਲਾ ਹੱਥ ਵਿੱਚ ਮਰ ਜਾਂਦੇ ਆ ਤੇ ਉਹ ਮੈਂ ਤੋਂ ਨੇ ਕਿਹਾ ਖੁਦ ਤਿੰਨ ਰੀ